ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਵਿਚਾਰ ਵਟਾਂਦਰਾ ਕਰ ਰਹੇ ਹਾਂ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਲੈ ਕੇ। ਇਮਰਾਨ ਖਾਨ 11 ਅਗਸਤ ਨੂੰ ਸਹੁੰ ਚੁੱਕਣਗੇ, ਕਿਸ ਤਰੀਕੇ ਨਾਲ ਹੁਣ ਵੇਖ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਸੰਬੰਧ ਨੇ ਉਹ ਸੁਧਰਨਗੇ ਜਾਂ ਫਿਰ ਉਲਝਣਗੇ, ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਅਗਰ ਮੈਂ ਗੱਲ ਕਰਾਂ ਘੱਟ ਗਿਣਤੀਆਂ ਦੀ, ਤਾਂ ਕਈ ਵਾਰ ਖਬਰ ਪਾਕਿਸਤਾਨ ਤੋਂ ਸਾਹਮਣੇ ਆਈਆਂ ਕਿ ਘੱਟ ਗਿਣਤੀਆਂ ਖਾਸ ਤੌਰ 'ਤੇ ਸਿੱਖ ਭਾਈਚਾਰਾ ਜਿਹੜਾ ਉਹ ਮਹਿਫੂਜ਼ ਨਹੀਂ ਸੀਗਾ, ਔਰ ਉਹ ਵੇਖਣ ਨੂੰ ਵੀ ਮਿਲਿਆ ਜਦ ਉੱਥੇ ਕਤਲ ਕਰ ਦਿੱਤਾ ਗਿਆ ਸੀਗਾ ਚਰਨਜੀਤ ਸਿੰਘ ਹੋਰਾਂ ਦਾ। ਔਰ ਉਸ ਤੋਂ ਬਾਅਦ ਜਿਹੜੀ ਸਿਆਸਤ ਹੈ ਘੱਟ ਗਿਣਤੀਆਂ ਨੂੰ ਲੈ ਕੇ, ਔਰ ਜਿਹੜੀ ਗੱਲ ਪਾਕਿਸਤਾਨ ਦੇ ਵਿੱਚ ਸੁਣਨ ਨੂੰ ਮਿਲ ਰਹੀ ਸੀਗੀ ਘੱਟ ਗਿਣਤੀਆਂ ਨੂੰ ਲੈ ਕੇ, ਉਹ ਵੀ ਪੱਕੀ ਸੀਗੀ ਕਿ ਹੁਣ ਉੱਥੇ ਘੱਟ ਗਿਣਤੀਆਂ ਮਹਿਫੂਜ਼ ਹੋਣਗੀਆਂ ਨਹੀਂ ਹੋਣਗੀਆਂ, ਇਹ ਵੀ ਜਾਣ ਲੈਂਦੇ ਹਾਂ। ਹਰਚਰਨ ਸਿੰਘ ਗੁਲਾਟੀ ਮੇਰੇ ਨਾਲ ਮੌਜੂਦ ਨੇ, ਜੋ ਕਿ ਜਨਰਲ ਸਕੱਤਰ ਨੇ ਗੁਰੂ ਨਾਨਕ ਦਰਬਾਰ ਹਿਕਸਵਿਲ ਗੁਰਦੁਆਰਾ ਸਾਹਿਬ ਲੌਂਗ ਆਈਲੈਂਡ ਨਿਊਯਾਰਕ ਦੇ, ਔਰ ਨਾਲ ਹੀ ਸਿੱਖ ਬੁੱਧੀਜੀਵੀ ਨੇ, ਸਿੱਖ ਫਿਲੋਸਫਰ ਨੇ, ਕਈ ਕਿਤਾਬਾਂ ਵੀ ਲਿਖ ਚੁੱਕੇ ਹਨ। ਜਾਣਨ ਦੀ ਕੋਸ਼ਿਸ਼ ਕਰਦੇ ਕਿ ਇਸ ਮੁਤਲਕ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ। ਹਰਚਰਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ। ਹਾਂਜੀ, ਥੈਂਕ ਯੂ ਜੀ ਤੁਹਾਡਾ ਅਖੀਰ ਜੀ, ਬੜੀ ਖੁਸ਼ੀ ਹੋਈ ਕਿ ਸਾਨੂੰ ਤੁਸੀਂ ਇਨਵਾਈਟ ਕੀਤਾ ਇਹਦੇ ਵਿੱਚ, ਤੇ ਸਾਨੂੰ ਖੁਸ਼ੀ ਹੈ ਕਿ ਇਮਰਾਨ ਖਾਨ ਜੋ ਕ੍ਰਿਕਟ ਦਾ ਜਾਣੇ ਪਹਿਚਾਣਿਆ, ਜਿਹਨੂੰ ਸਾਰੀ ਦੁਨੀਆ ਸਮਝ ਜਾਣਦੀ ਹੈ, ਹਿੰਦੁਸਤਾਨ ਦੇ ਕ੍ਰਿਕਟ ਵਾਲੇ ਵੀ ਤੇ ਪਾਕਿਸਤਾਨ ਵਾਲੇ ਵੀ, ਤੇ ਇਹਨੇ ਕਾਮਯਾਬੀ ਹਾਸਲ ਕੀਤੀ ਹੈ ਤੇ ਉਮੀਦ ਹੈ ਕਿ 11 ਤਰੀਕ ਨੂੰ ਸਹੁੰ ਚੁੱਕਣਗੇ ਤੇ ਪਾਕਿਸਤਾਨ ਦਾ ਜੋ ਪ੍ਰਾਈਮ ਮਿਨਿਸਟਰ ਬਣਨਗੇ। ਤੇ ਸਾਨੂੰ ਆਸ ਕੀਤੀ ਜਾਂਦੀ ਹੈ ਕਿ ਜੋ ਉੱਥੇ ਸਿੱਖ ਭਾਈਚਾਰਾ ਤੇ ਹਿੰਦੂ ਵੀਰ ਜੋ ਰਹਿੰਦੇ ਨੇ ਸਿੰਧ ਵਿੱਚ, ਕਰਾਚੀ, ਪਾਕਿਸਤਾਨ ਅਤੇ ਕਈ ਥਾਵਾਂ ਤੇ ਜੋ ਪਿਸ਼ੌਰ ਵਿੱਚ ਵੀ ਸਾਡੇ ਸਿੱਖ ਭਾਈਚਾਰਾ ਰਹਿੰਦੇ ਨੇ, ਸਾਨੂੰ ਉਮੀਦ ਹੈ ਕਿ ਜੋ ਘੱਟ ਗਿਣਤੀ ਵਾਲੇ ਹਨ ਇਹ, ਕਿਉਂਕਿ ਇਮਰਾਨ ਖਾਨ ਜੀ ਪਠਾਨ ਨੇ, ਆਪ ਵੀ ਪਠਾਨ ਜਿਹੜੇ ਹੈ ਨੇ ਜ਼ੁਬਾਨ ਦੇ ਪੱਕੇ ਹੁੰਦੇ ਨੇ, ਤੇ ਇਹ ਜ਼ਰੂਰੀ ਜੋ ਘੱਟ ਗਿਣਤੀ ਵਾਲੇ ਨੇ ਜੋ ਉੱਥੇ ਉਹਨਾਂ ਦੀ ਹਰ ਤਰ੍ਹਾਂ ਦੀ ਰਾਖੀ ਕਰਨਗੇ, ਔਰ ਉਹਨਾਂ ਨੂੰ ਉਹ ਹਕੂਕ ਜੋ ਹੈ ਪਾਕਿਸਤਾਨ ਵਿੱਚ ਜ਼ਰੂਰ ਮਿਲੇਗਾ। ਬਿਲਕੁਲ ਗੁਲਾਟੀ ਜੀ, ਜਿਵੇਂ ਖਬਰ ਪਿਛਲੇ ਮਹੀਨੇ ਆਈ ਸੀਗੀ ਔਰ ਬਹੁਤ ਦਿਲ ਨੂੰ ਠੇਸ ਪਹੁੰਚੀ ਸੀਗੀ, ਜੋ ਕਿ ਅਫਗਾਨਿਸਤਾਨ ਦੇ ਵਿੱਚ ਵਾਪਰਿਆ ਜਲਾਲਾਬਾਦ ਦੇ ਵਿੱਚ, ਤੁਹਾਨੂੰ ਲੱਗਦਾ ਕਿ ਇਮਰਾਨ ਖਾਨ ਦੇ ਆਉਣ ਦੇ ਨਾਲ ਹੁਣ ਅਫਗਾਨਿਸਤਾਨ ਦੇ ਵਿੱਚ ਵੀ ਸੰਬੰਧ ਜਿਹੜੇ ਨੇ ਅਫਗਾਨਿਸਤਾਨ ਦੇ ਨਾਲ ਉਹ ਬਿਹਤਰ ਹੋਣਗੇ ਔਰ ਘੱਟ ਗਿਣਤੀ ਜਿਹੜੀ ਅਫਗਾਨਿਸਤਾਨ ਦੇ ਵਿੱਚ ਹੈ ਉਹ ਵੀ ਮਹਿਫੂਜ਼ ਹੋਏਗੀ? ਦੇਖੋ, ਅਸੀਂ ਤਾਂ ਉਮੀਦ ਇਹੀ ਕਰਦੇ ਹਾਂ ਕਿ ਜਿਹੜੇ ਵੀ ਅਨਸਾਇਆ ਮੁਲਕ ਨੇ ਆਪਸ ਵਿੱਚ ਜਿੰਨਾ ਵੀ ਪਿਆਰ ਬਣਿਆ ਰਹੇਗਾ ਜੀ, ਤੇ ਉਹਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਆਪਸ ਵਿੱਚ ਦੋਨੋਂ ਇਨਸਾਨ ਨੇ, ਔਰ ਇਹਨਾਂ ਦੀ ਮੁਸ਼ਤਰਕ ਜ਼ਬਾਨ ਹੈ ਪਸ਼ਤੋ ਜ਼ਬਾਨ ਜਾਂ ਉਰਦੂ ਜੋ ਬੋਲਦੇ ਨੇ ਫਾਰਸੀ, ਤੇ ਇਹਦੇ ਵਿੱਚ ਸਾਨੂੰ ਉਮੀਦ ਹੈ ਕਿ ਇਮਰਾਨ ਖਾਨ ਜ਼ਰੂਰ ਕੋਸ਼ਿਸ਼ ਕਰੇਗਾ ਕਿ ਜੋ ਘੱਟ ਗਿਣਤੀ ਨੇ ਭਾਈਚਾਰੇ ਜਿਹੜੇ ਅਫਗਾਨਿਸਤਾਨ ਵਿੱਚ ਰਹਿੰਦੇ ਨੇ, ਪਾਕਿਸਤਾਨ ਵਿੱਚ ਰਹਿੰਦੇ ਨੇ, ਕਿਉਂਕਿ ਉਹ ਵੀ ਪਖਤੂਨ ਨੇ, ਪਠਾਨ ਨੇ, ਅਫਗਾਨੀ ਲੋਕ ਜਿਹੜੇ ਨੇ ਪਸ਼ਤੋ ਬੋਲਦੇ ਨੇ, ਤੇ ਉਮੀਦ ਹੈ ਕਿ ਇਹ ਜ਼ਰੂਰ ਉੱਥੇ ਬਹੁਤ ਵਧੀਆ ਹੋਵੇਗਾ। ਅਤੇ ਕਿਤੇ ਨਾ ਕਿਤੇ ਅੰਸ਼ ਹੈਗਾ, ਉਹ ਬਲੱਡ ਹੈਗਾ ਇਮਰਾਨ ਖਾਨ ਦੇ ਵਿੱਚ, ਕੀ ਸੰਬੰਧ ਜਿਹੜੇ ਨੇ ਉਹ ਬਿਹਤਰ ਹੋ ਸਕਦੇ ਨੇ? ਜ਼ਰੂਰ ਜੀ, ਕਿਉਂ ਨਹੀਂ ਹੋਣਗੇ। ਅਗਰ ਜੇਕਰ ਮੈਂ ਹੁਣ ਭਾਰਤ ਦੀ ਗੱਲ ਕਰ ਲਵਾਂ ਤਾਂ ਤੁਹਾਨੂੰ ਕੀ ਲੱਗਦਾ? ਦੇਖੋ, ਕੋਈ ਵੀ ਮੁਲਕ ਜਦੋਂ ਭਾਰਤ ਹੋਵੇ, ਪਾਕਿਸਤਾਨ ਹੋਵੇ, ਅਫਗਾਨਿਸਤਾਨ ਹੋਵੇ, ਇਹ ਤਿੰਨੋਂ ਮੁਲਕ ਜਿਹਨਾਂ ਨੇ ਆਪਸ ਵਿੱਚ ਜਿਹਨਾਂ ਦਾ ਜਿਹੜਾ ਕਲਚਰ ਹੈ ਮੁਸ਼ਤਰਕ ਹੈ, ਜ਼ਬਾਨ ਕਈ ਜਗ੍ਹਾ ਮਿਲਦੀ ਹੈ ਇਹਨਾਂ ਦੀ, ਤੇ ਭਾਈਚਾਰੇ ਵਿੱਚ ਰਹਿ ਕੇ ਜਦੋਂ ਮੁਲਕ ਵਿੱਚ ਆਰਾਮੀ ਹੋਏਗੀ ਤੇ ਉਹ ਮੁਲਕ ਦਿਨ ਬ ਦਿਨ ਤਰੱਕੀ ਕਰਨਗੇ, ਤੇ ਜੰਗਾਂ ਵਿੱਚ ਕੁਛ ਰਿਹਾ ਨਹੀਂ ਹੈ, ਤੇ ਉਮੀਦ ਹੈ ਕਿ ਇਮਰਾਨ ਖਾਨ ਕੋਸ਼ਿਸ਼ ਕਰੇਗਾ ਕਿ ਆਪਣੇ ਸੰਬੰਧ ਜੋ ਹੈ ਭਾਰਤ ਨਾਲ, ਅਫਗਾਨਿਸਤਾਨ ਨਾਲ, ਜਿੰਨੇ ਵੀ ਪੜੋਸੀ ਮੁਲਕ ਨੇ ਉਹਨਾਂ ਨਾਲ ਵਧੀਆ ਤਾਲੁਕਾਤ ਰੱਖਣਗੇ, ਉਮੀਦ ਹੈ। ਮੈਂ ਦਰਸ਼ਕਾਂ ਨੂੰ ਇੱਥੇ ਇਹ ਵੀ ਦੱਸ ਦੇਵਾਂ ਕਿ ਹਰਚਰਨ ਸਿੰਘ ਗੁਲਾਟੀ ਹੋਰ ਜੀ ਇੱਕ ਕੋਸ਼ਿਸ਼ ਵੀ ਕਰ ਰਹੇ ਨੇ ਇਹਨਾਂ ਦੀ ਮੈਨੇਜਮੈਂਟ ਕਿ ਇੱਕ ਵਫਦ ਬਣਾ ਕੇ ਇਮਰਾਨ ਖਾਨ ਨੂੰ ਮਿਲਿਆ ਜਾਏ, ਤਾਂ ਕਿ ਉੱਥੇ ਆਪਣਾ ਗੁਰਦੁਆਰਾ ਸਾਹਿਬ ਜਿਹੜੇ ਇਸ ਟਾਈਮ ਕਈ ਮਹਿਫੂਜ਼ ਨਹੀਂ ਹੈਗੇ ਔਰ ਜਿਹਨਾਂ ਦੀ ਦੇਖਭਾਲ ਠੀਕ ਢੰਗ ਤਰੀਕੇ ਨਾਲ, ਸਹੀ ਤਰੀਕੇ ਨਾਲ ਨਹੀਂ ਹੋ ਰਹੀ, ਤਾਂ ਉਹਨਾਂ ਦੀ ਵੀ ਜਿਹੜੀ ਦੇਖਭਾਲ ਹੈ ਉਹ ਵੀ ਸਹੀ ਤਰੀਕੇ ਨਾਲ ਹੋ ਸਕੇ, ਤਾਂ ਗੁਲਾਟੀ ਜੀ ਇਸ ਮੁਤਲਕ ਤੁਸੀਂ ਕੀ ਕਹਿਣਾ ਚਾਹੋਗੇ? ਸਾਡਾ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਸਥਾਨ ਹੈ ਉੱਥੇ ਜਿੱਥੇ ਉਹਨਾਂ ਦੀ ਪੈਦਾਇਸ਼ ਹੋਈ ਹੈ ਜੀ, ਤੇ ਉਹ ਪਾਕਿਸਤਾਨ ਵਿੱਚ ਹੈ ਜੀ, ਤੇ ਸਾਡਾ ਬਹੁਤ ਹੀ ਜਿਹੜੇ
ਧਾਰਮਿਕ ਸਥਾਨ ਨੇ, ਸਾਡੇ ਪਵਿੱਤਰ ਨੇ ਜੀ, ਤੇ ਸਾਡਾ ਸਿੱਖ ਭਾਈਚਾਰੇ ਦਾ, ਕਿਉਂਕਿ ਪੈਦਾਇਸ਼ ਉੱਥੇ ਹੀ ਹੋਈ ਹੈ ਗੁਰੂ ਨਾਨਕ ਜੀ ਦੀ, ਤੇ ਸ਼ੁਰੂ ਤੋਂ ਰਾਏ ਬੁਲਾਰ ਉਹਨਾਂ ਦਾ ਵੀ ਜੋ ਜਿਸ ਟਾਈਮ ਤੇ ਗੁਰੂ ਜੀ ਪੈਦਾ ਹੋਏ ਸਨ ਤੇ ਉਹਨਾਂ ਦਾ ਬਹੁਤ ਪਿਆਰ ਇਸਲਾਮ ਧਰਮ ਨਾਲ ਰਿਹਾ ਤੇ ਬੜੀ ਸਾਂਝ ਸੀ ਜੀ, ਤੇ ਸਾਨੂੰ ਉਮੀਦ ਹੈ ਕਿ ਜਿੰਨੇ ਵੀ ਸਾਡੇ ਉੱਥੇ ਧਾਰਮਿਕ ਸਥਾਨ ਨੇ ਜੀ ਉਹ ਮਹਿਫੂਜ਼ ਹੋਣਗੇ ਤੇ ਇਮਰਾਨ ਖਾਨ ਜ਼ਿਆਦਾ ਕੋਸ਼ਿਸ਼ ਕਰੇਗਾ, ਤੇ ਬੜੀ ਅੱਛੀ ਗੱਲ ਹੈ ਕਿ ਸਾਡੇ ਤੋਂ ਜਾਂਦੇ ਹੁੰਦੇ ਨੇ, ਭਾਰਤ ਤੋਂ ਵੀ ਪਾਕਿਸਤਾਨ ਜਾਂਦੇ ਨੇ, ਅਫਗਾਨਿਸਤਾਨ ਤੋਂ ਵੀ ਜਾਂਦੇ ਨੇ, ਜਿਹੜੇ ਸਾਡੇ ਗੁਰਦੁਆਰੇ ਨੇ ਪੰਜਾ ਸਾਹਿਬ, ਡੇਰਾ ਸਾਹਿਬ, ਨਨਕਾਣਾ ਸਾਹਿਬ ਅਤੇ ਹੋਰ ਜੋ ਅਸਥਾਨ ਨੇ, ਭਾਈ ਜੋਗਾ ਸਿੰਘ ਜੀ ਦਾ ਗੁਰਦੁਆਰਾ, ਉੱਥੇ ਵੀ ਜਾਂਦੇ ਰਹਿੰਦੇ ਨੇ, ਤੇ ਉਮੀਦ ਹੈ ਕਿ ਇਹਦੇ ਚ ਹੋਰ ਇਸ ਤੋਂ ਵੱਧ ਕੋਸ਼ਿਸ਼ ਕਰਨਗੇ ਕਿ ਜੋ ਸਾਡੇ ਇੰਡੀਆ ਤੋਂ ਵੀ ਸਿੱਖ ਭਾਈਚਾਰਾ, ਅਫਗਾਨਿਸਤਾਨ ਤੋਂ ਵੀ ਜੋ ਪਾਕਿਸਤਾਨ ਵਿੱਚ ਆਉਂਦੇ ਜਾਂਦੇ ਤੇ ਉੱਥੇ ਜਿਹੜੇ ਰਹਿੰਦੇ ਨੇ ਉਹ ਵੀ ਮਹਿਫੂਜ਼ ਹੋਣ, ਉਹ ਗੁਰਦੁਆਰੇ ਦੀ ਦੇਖਭਾਲ ਵੀ ਬਹੁਤ ਅੱਛੀ ਤਰੀਕੇ ਨਾਲ ਕੀਤੀ ਜਾ ਸਕੇ। ਬਿਲਕੁਲ, ਗੁਰਦੁਆਰੇ ਦੀ ਦੇਖਭਾਲ ਵੀ ਅੱਛੇ ਤਰੀਕੇ ਨਾਲ ਕੀਤੀ ਜਾ ਸਕੇ ਤਾਂ ਕਿ ਜਿਹੜੀ ਅਰਦਾਸ ਦੇ ਵਿੱਚ ਅਸੀਂ ਕਰਦੇ ਹਾਂ, ਜਿਹੜਾ ਗੁਰੂ ਅਤੇ ਗੁਰਧਾਮਾਂ ਨੂੰ ਪੰਥ ਤੋਂ ਵਿੱਚ ਛੋੜਿਆ ਗਿਆ, ਉਹਨਾਂ ਦੇ ਖੁੱਲ੍ਹੇ ਅਤੇ ਦਰਸ਼ਨ ਦੀਦਾਰ ਕਰਵਾਉਣਾ, ਅਤੇ ਇਹ ਕੋਸ਼ਿਸ਼ ਹੈ ਕਿ ਹੁਣ ਜਿਹੜਾ ਵਫਦ ਹੈ ਉਹ ਅਮੈਰੀਕਾ ਤੋਂ ਭਾਰਤ ਤੋਂ ਜਾਏਗਾ, ਔਰ ਗੁਲਾਟੀ ਹੋਰੀ ਜੀ ਉਹਨਾਂ ਦੀ ਮੈਨੇਜਮੈਂਟ ਜਿਹੜੀ ਹੈ ਇਹ ਉਪਰਾਲਾ ਕਰ ਰਹੀ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੇਖ ਸਕਦੇ ਹਾਂ ਕਿ ਜਿਹੜੇ ਗੁਰੂ ਧਾਮ ਪੰਥ ਤੋਂ ਵਿਛੋੜੇ ਗਏ ਨੇ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤਾਂ ਹੋ ਸਕਣਗੇ ਅਤੇ ਨਾਲ ਨਾਲ ਉਹਨਾਂ ਦੀ ਜਿਹੜੀ ਦੇਖਭਾਲ ਹੈ ਉਹ ਵੀ ਹੋ ਸਕੇਗੀ। ਬਹੁਤ ਬਹੁਤ ਧੰਨਵਾਦ ਗੁਲਾਟੀ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਓਕੇ, ਅਤੇ ਹੁਣ ਗੱਲ ਇੱਥੇ ਇਹ ਆਉਂਦੀ ਹੈ ਕਿ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਕੀ ਹੁਣ ਉੱਥੇ ਜਿਹੜੇ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਨੇ ਉਹ ਸੁਧਰਨਗੇ, ਔਰ ਜੇਕਰ ਅਸੀਂ ਗੱਲ ਕਰ ਲਈਏ ਉਹਨਾਂ ਗੁਰੂ ਧਾਮਾਂ ਦੀ, ਉਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਜੋ ਕਿ ਉੱਥੇ ਮੌਜੂਦ ਨੇ, ਕਿ ਉਹਨਾਂ ਦੀ ਵੀ ਦੇਖਭਾਲ ਜਿਹੜੀ ਹੈ ਉਹ ਇਮਰਾਨ ਖਾਨ ਨੂੰ ਕਹਿ ਕੇ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਤਾਂ ਕਿ ਜਿਹੜੀ ਪੋਲਿਸੀਜ਼ ਹੈਗੀਆਂ ਉਹਦੇ ਵਿੱਚ, ਫੋਰਨ ਪੋਲਿਸੀਜ਼ ਜਿਹੜੀਆਂ ਹੈਗੀਆਂ ਉਹਦੇ ਵਿੱਚ ਸੁਧਾਰ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਭਾਈਚਾਰੇ ਨੂੰ ਉੱਥੇ ਮਹਿਫੂਜ਼ ਕੀਤਾ ਜਾ ਸਕੇ ਅਤੇ ਸਿੱਖ ਭਾਈਚਾਰਾ ਆਲ ਓਵਰ ਵਰਲਡ ਤੋਂ ਜਾ ਕੇ ਖੁੱਲ੍ਹੇ ਦਰਸ਼ਨ ਦੀਦਾਰ ਜਿਹੜੇ ਨੇ ਉਹ ਗੁਰੂ ਧਾਮਾਂ ਦੇ ਕਰ ਸਕੇ। ਕਾਲਰਸ ਮੇਰੇ ਨਾਲ ਜੁੜਨੇ ਸ਼ੁਰੂ ਹੋ ਗਏ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਕਿ ਇਸ ਮੁਤਾਬਕ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ। ਜੀ ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਅੱਛਾ, ਉਹਦੇ ਵਿੱਚ ਇਹ ਹੈ ਕਿ ਇਮਰਾਨ ਖਾਨ ਸ਼ੁਰੂ ਦੇ ਵਿੱਚ ਟਰਾਈ ਕਰੇਗਾ ਜੀ, ਹੀ ਵਿਲ ਪੇਵ ਦੀ ਵੇ ਜੀ ਟੂ ਸਮੂਥ ਸਰਟਨ ਥਿੰਗਸ ਜੀ, ਤੇ ਫਾਰ ਐਗਜ਼ਾਮਪਲ ਉਹ ਵਿਲ ਟਰਾਈ ਟੂ ਰਿਲੇਸ਼ਨ ਅੱਛੇ ਕਰਨ ਦੀ, ਜਿੱਦਾਂ ਗੁਰਦੁਆਰੇ ਦਾ ਤੁਸੀਂ ਕਿਹਾ ਹੈਗਾ ਆ ਕਿ ਮਾਈਟ ਸਟੇ ਤੇ ਲੋਕਾਂ ਨੂੰ ਬੱਸਾਂ ਵਗੈਰਾ ਚਲਾਉਣ, ਆਉਣ ਜਾਣ ਕਰਨ, ਮਗਰ ਵੱਡੀ ਚੀਜ਼ ਹੈਗੀ ਉਹਨਾਂ ਦੀ ਕਿ ਉਹ ਉੱਥੇ ਉਹਨਾਂ ਦਾ ਮਸਲਾ ਜਿਹੜਾ ਹੈਗਾ ਨਾ ਉਹ ਆਲੇ ਦੁਆਲੇ ਘੁੰਮਦਾ ਕਸ਼ਮੀਰ ਦੇ ਜੀ ਜੀ, ਮੇਨ ਚੀਜ਼ ਇਹ ਹੈਗੀ ਆ ਕਿਉਂਕਿ ਉੱਥੇ ਦੇ ਲੋਕ ਵੀ ਆ ਉਹ ਕਸ਼ਮੀਰ ਦਾ ਮੁੱਦਾ ਲੈਂਦੇ ਆ, ਆਰਮੀ ਦੇ ਪਾਸ ਵੀ ਇਹ ਮੁੱਦਾ ਹੈ ਜੀ, ਹੈਂਜੀ, ਉਹ ਉਹਨਾਂ ਦੇ ਮੈਨੂੰ ਪਹਿਲਾਂ ਵੀ ਹੁਣ ਜਿਸ ਵੇਲੇ ਉਹਨੇ ਸਪੀਚ ਦਿੱਤੀ ਸੀ ਉਹਨੇ ਕਿਹਾ ਸੀਗਾ ਕਿ ਮੈਂ ਕਿਸੇ ਨੂੰ ਨਾ ਕਿਸੇ ਮੁਲਕ ਨੂੰ ਅੱਗੇ ਪਾਕਿਸਤਾਨ ਨੂੰ ਨੀਵਾਂ ਨਹੀਂ ਕਰਨ ਦਿਆਂਗਾ, ਮਤਲਬ ਸੀਗਾ ਹਿੰਦੁਸਤਾਨ ਦਾ। ਅੱਛਾ, ਉਹਦੇ ਵਿੱਚ ਹੈ ਕਿ ਆਈ ਐਮ ਨੋਟ ਵੈਰੀ ਆਪਟੀਮਿਸਟਿਕ ਇਨ ਦੀ ਲੌਂਗ ਰਨ, ਕੋਈ ਕੋਈ ਇਹਦੇ ਵਿੱਚ ਬਹੁਤਾ ਚੇਂਜ ਆਏਗੀ, ਕਿਉਂਕਿ ਕਸ਼ਮੀਰ ਦੇ ਵਿੱਚ ਹੈ ਕਿ ਉਹਨਾਂ ਨੇ ਕਹਿਣਾ ਕਿ ਅਸੀਂ ਖੁਦ ਮੁਖਤਾਰੀ ਚਾਹੀਦੀ ਆ, ਕਸ਼ਮੀਰ ਕਸ਼ਮੀਰ ਨੂੰ ਕਸ਼ਮੀਰੀਆਂ ਨੂੰ ਦਿਓ, ਇੰਡੀਆ ਨੇ ਦੇ ਆਰ ਨਾਟ ਗੋਇੰਗ ਟੂ ਬਚ, ਉਹਨਾਂ ਨੇ ਇੱਕ ਫੁੱਟ ਵੀ ਜਗ੍ਹਾ ਦੇਣੇ ਨੂੰ ਤਿਆਰ ਨਹੀਂ ਹੋਏਗੀ ਜੀ, ਰਾਈਟ। ਮੇਨ ਜਿਹੜਾ ਮੁੱਦਾ ਹੋਏਗਾ ਨਾ ਕਸ਼ਮੀਰ ਦਾ ਆਇਆ ਉਹਦੇ ਆਲੇ ਦੁਆਲੇ ਸਾਰਾ ਘੁੰਮਦਾ, ਉਹ ਜਿਹੜਾ ਮੁੱਦਾ ਉਹ ਹੱਲ ਨਹੀਂ ਹੋਣਾ, ਉਹ ਗੱਲ ਉੱਥੇ ਦੀ ਉੱਥੇ ਰਹਿਣੀ ਆ ਜੀ 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 ਜੀ, ਕਿਉਂਕਿ ਜਿਹੜਾ ਉਹਨਾਂ ਦੇ ਵਿੱਚ ਆਰਮੀ ਜਿਹੜੀ ਹੈਗੀ ਆ ਉਹ ਜ਼ਿਆਦਾ ਡੋਮੀਨੇਟ ਕਰਦੀ ਪਾਕਿਸਤਾਨ ਦੇ ਵਿੱਚ, ਇੰਟਰਫੇਰੈਂਸ ਆਰਮੀ ਦੀ ਜ਼ਿਆਦਾ ਹੈਗੀ ਆ, ਔਰ ਇੰਟਰਫੇਰੈਂਸ ਆਰਮੀ ਦੀ ਜ਼ਿਆਦਾ ਹੈਗੀ ਜਿਸ ਕਰਕੇ ਆ ਸਿਆਸੀ ਮਸਲੇ ਨੇ ਇਹ ਦਬ ਸਕਦੇ ਨੇ, ਜਿਸ ਤਰੀਕੇ ਦੇ ਹਾਲਾਤ ਚੱਲਦੇ ਆ ਰਹੇ ਨੇ ਉਵੇਂ ਹੀ ਚੱਲਣਗੇ, ਤੁਹਾਡਾ ਕਹਿਣ ਦਾ ਤਰਕ ਇਹ ਹੈਗਾ ਉਹ ਚੱਲਣਗੇ? ਹਾਂ, ਪਹਿਲਾਂ ਸਮੂਥ ਹੋ ਜਾਏਗਾ, ਮਗਰ ਜਿਹੜਾ ਜਿਸਲੇ ਪੰਜਾਬ ਸੈਟਲ ਹੋ ਗਿਆ ਤੇ ਕਸ਼ਮੀਰ ਦਾ ਮੁੱਦਾ ਆਇਆ ਉਹ ਫਿਰ ਉਸੇ ਹਾਲਤ ਹੋਏ ਜੀ 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 ਜੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ ਆਪਣਾ ਵਿਊ ਦੇਣ ਦੇ ਲਈ। ਅਤੇ ਹੁਣ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੀ ਕਾਲਾਂ ਮੈਨੂੰ ਆਉਣੀ ਸ਼ੁਰੂ ਹੋ ਚੁੱਕੀਆਂ ਹਨ, ਔਰ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਔਰ ਜੋ ਕੁਝ ਵੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਇਸ ਮੁਤਲਕ, ਤੁਹਾਨੂੰ ਕੀ ਲੱਗਦਾ ਤੁਸੀਂ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਫੋਨ ਕਾਲ ਕਰਕੇ। ਫਿਲਹਾਲ ਰੁਕ ਰਹੇ ਹਾਂ ਇੱਕ ਨਿੱਕੇ ਜਿਹੇ ਵਕਫੇ ਲਈ, ਔਰ ਵਕਫੇ ਤੋਂ ਬਾਅਦ ਵੀ ਸਾਡੀ ਇਹ ਅੱਜ
ਖਾਸ ਪੇਸ਼ਕਸ਼ ਭਾਰਤ ਪਾਕਿਸਤਾਨ ਦੇ ਸੰਬੰਧਾਂ ਨੂੰ ਲੈ ਕੇ ਬਦਸਤੂਰ ਜਾਰੀ ਹੈ।